अच्छा भाई जी, तुहानू बहुत ज्यादा भी शौक आ शिकारी कुत्ते अज भी रखे हुए आ, ते बड़ा नौ भी आ थोड़ा, ये शौक उस शौक तो डिफरेंट सी, ये किवें पिया जी? ये बस उदा ही जमें 1900 ला लो भी 73 74 छेवीं च पढ़ते थी। हाँ जी जद ही छुट्टिया के दिनों मैसा चार दे स्टेशन को। अच्छा जी। मैं सी एक मेरा यार दोस्त गुरविंदर सिंह, गुरमिंदर सिंह ढिल्लू कह देंगे शॉर्ट नेम च, चलो सारे ही होंगे, मेरा भी जग्गा बलविंदर सिंह। हाँ जी। सानू एक मीह च भिजा है कबूतर लभ गया। अच्छा जी। वो उस वेले नहीं सी पता भी वह कबूतरा जां कबूतरी है। हाँ जी। चलो असीं जिवें बच्चिआं ने मतलब उदों न्याणे सी 12 13 साल दे। अच्छा जी। वह लिया के उन्हां दे घरे रोशनदान च छड़ता। उन्हां दे घरे? उन्हां दे घरे, अपने नहीं उन्हां दे। अच्छा जी। ते मुड़ के तीजे दिन अपने आ चवारे दे नाल ही, एक नाल इत्थे चवारा। हाँ जी। उदों पुराने घर सी, चलो हुण परमात्मा दी कृपा नाल बदलते सारे इत्थे अपने मकान च, पंज मकान च। हाँ जी। उत्थे सानूं इक कबूतर बैठा। अच्छा जी। दिख गया। अच्छा जी। जवाक असी की करिया, मतलब जिहड़ा पहला पड़िया सी उहदे पैर च रस्सी बन्नी, उहनूं फड़न की कोशिश करी, जद उहदे कोले छड्डिया उह कबूतर कुदरती उस कबूतरी नाल दी मिलिया होया कबूतर सी। अच्छा। किसी का कट जोड़े ही उड्डिया होया सी। अच्छा जी। उह कबूतर असी फड़ लिया। अच्छा जी। मतलब उदू बाद उहनां दे बच्चे कढ़ा ले, बच्चे कढ़ा के रोशनदान च कितें बिल्ली बुल्ली नहीं आई फिर? नहीं, उदो पहला रोज थोड़े दिन रखे, फिर छोटा जिहा खुडा उहनां दे घर ही बना लिया सी। अच्छा। खुडा बना के उह च रखे बच्चे कढ़ाए, बहुत सोहणे बच्चे उड्डे उहनां दे। फिर इधर भी आपां उदू थोड़े टाइम बाद मैं नहीं तुहानूं घरे नहीं पता लग्गिया भाई उहनां नूं बिल्लू उहनां नूं भाई? नहीं, इह इह उदों इत्थे रहे, नानकी बद रिहा सी। अच्छा। इह घरे पता लग्गिया वी कबूतर उडाउण, उदों तां लोक करदे नहीं आए सीगे। जद मैं रख ले, मैं चवारे च इक अलमारी च रख ले, ਨਾ ਘਰੇ ਨਹੀਂ ਕਿਹਾ ਵੀ ਹੁਣ ਉਹ ਅੱਗੇ ਤਾਂ ਉਹ ਗੱਲ ਚੱਲਦੀ ਸੀ ਉਸ ਸਮੇਂ 'ਚ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਹੋ, ਉਹਦੇ 'ਚ ਜੇ ਕੋਈ ਪੜ੍ਹਦਾ ਨਹੀਂ ਸੀ ਅਗਲਾ ਕਹਿੰਦਾ ਜਾਂ ਕਬੂਤਰੀ ਰੱਖੇਗਾ ਫਿਰ ਤੂੰ ਉਹ ਵੈਸੇ ਉਧਾਰ ਤਾਂ ਹੈਗੇ ਸੀ ਪਹਿਲਾਂ ਕਿਹੜਾ ਆਪਾਂ ਪੜ੍ਹਨ ਵਾਲੇ ਤਾਂ ਪਹਿਲਾਂ ਵੀ ਇਹੋ ਜਿਹੇ ਸੀ, ਠੀਕ ਨਹੀਂ? ਅਤੇ ਮਾਂ ਪਿਓ ਬਜ਼ੁਰਗ ਵੀ ਮੇਰੇ ਤਾਂ ਤੰਗ ਸੀਗਾ? ਨਹੀਂ ਤੰਗ ਨਹੀਂ ਸੀ, ਜਾਇਜ਼ ਸੀ। ਅਸੀਂ ਤਾਂ ਹਾਈ ਸੈਕੰਡ ਡਿਵੀਜ਼ਨ 'ਚ ਆਪਾਂ ਕੀਤੀ ਆ ਮੈਟ੍ਰਿਕ ਉਦੋਂ, ਇਹ ਨਹੀਂ ਹੈ। ਅੱਛਾ ਜੀ। ਅਤੇ ਮਤਲਬ ਬਜ਼ੁਰਗਾਂ ਨੇ ਉਹ ਵਿਸ਼ ਜੀ ਤਾਂ ਘੋਲੀ, ਮੇਰੇ ਵਾਂਗੂ ਵਿਸ਼ ਘੋਲਣ ਕਹਿੰਦੇ ਕੁਛ ਨਹੀਂ ਸੀ। ਇੱਕ ਵਾਰੀ ਕਢਾ ਵੀ ਦਿੱਤੇ ਸੀ ਮੇਰੇ ਅਲਮਾਰੀ 'ਚ ਉਹਨਾਂ ਨੇ ਕਬੂਤਰ, ਪਰ ਫਿਰ ਸ਼ੌਕਾਂ ਨੂੰ ਜਾਂਦਾ ਹੌਲੀ ਹੌਲੀ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਕਿਸੇ ਨੂੰ ਕਢਾਤੇ? ਪਤਾ ਨਹੀਂ ਕਿਹਨੂੰ ਕੱਢੇ ਨੇ ਉਹ ਕਬੂਤਰ, ਜਾਂ ਤਾਂ ਇਹਨਾਂ ਨੇ ਹੀ ਕਢਾਏ ਮਾਂ ਪਿਓ ਨੇ, ਛੱਡ ਦੂਗਾ ਨਹੀਂ ਫਿਰ ਤੁਹਾਨੂੰ ਦੱਸਿਆ ਨਹੀਂ ਕਿਤੇ? ਨਹੀਂ, ਉਦੋਂ ਇਹ ਗੱਲ ਹੀ ਨਹੀਂ ਹੋਈ। ਇਸ ਵਿਸ਼ੇ 'ਤੇ ਮੇਰੀ ਆਦਤਾਂ ਇਹੋ ਜਿਹੀਆਂ ਨੇ, ਮੈਂ ਪਿਛੋਕੜ ਪੁੱਛਦਾ ਹੀ ਨਹੀਂ ਵੀ ਕੀ ਕਰਿਆ ਸੀ ਤੁਸੀਂ। ਮਾਤਾ ਜੀ ਬੈਠੇ ਆ ਜੇ। ਅੱਛਾ। ਮਾਤਾ ਹੈ ਨਾ ਅੱਜ ਜੇ ਪੁੱਛ ਲਿਆ ਉਹਨਾਂ ਤੋਂ ਕੈਮਰੇ ਲੱਗੇ ਹੋਏ ਨੇ ਹੁਣ ਤਾਂ ਕੱਲਾ ਕੱਲਾ, ਤੈਨੂੰ ਕਿਹਾ ਪਰ ਕੱਲ ਦੀ ਹੋਈ ਗੱਲ ਹੈ, ਕੱਲ ਲੁਧਿਆਣੇ ਮੈਂ ਕੋਈ ਕੰਮ ਸੀ ਲੁਧਿਆਣੇ ਚਲਿਆ ਗਿਆ, ਉਹਨੇ ਮੁੰਡੇ ਨੇ ਕੱਢ ਕੇ ਕਿਸੇ ਨੂੰ ਕਬੂਤਰ ਫੜਾਇਆ ਖੁੱਡੇ ਚੋਂ। ਅੱਛਾ ਜੀ। ਆਸੀ ਵਾਲੇ ਮੋਨੂ ਸਰਪੰਚ ਨੂੰ। ਅੱਛਾ ਜੀ। ਮੈਨੂੰ ਨਹੀਂ ਸੀ ਪਤਾ, ਮੈਨੂੰ ਅਮੈਰੀਕਾ ਤੋਂ ਭਤੀਜੇ ਦਾ, ਬਿੱਲੂ ਬਾਈ ਦਾ ਭਤੀਜੇ ਦਾ, ਮੁੰਡੇ ਦਾ ਭਤੀਜੇ ਦਾ ਮੇਰੇ ਦਾ ਫੋਨ ਆ ਗਿਆ ਲੱਕੀ ਦਾ। ਅੱਛਾ। ਕਹਿੰਦਾ ਚਾਚਾ ਕਿੱਥੇ ਆ? ਮੈਂ ਕਿਹਾ ਮੈਂ ਮੁੜਿਆ ਜਾਂਦਾ ਆਲਮਗੀਰ ਕੋਲੇ। ਕਹਿੰਦਾ ਰੌਸ਼ਨ ਨੇ ਕੱਢ ਕੇ ਕਬੂਤਰ ਦਿੱਤਾ ਗੁੱਟੇ 'ਚ, ਕਿਸੇ ਦੋ ਜਾਣੇ ਸੀ ਕਹਿੰਦਾ। ਉਹ ਇੱਕ ਜੋ ਤੌਲੀ ਦਾ ਕਬੂਤਰ ਆਇਆ ਸੀ, ਮੈਨੂੰ ਐਂ ਲੱਗਿਆ ਵੀ ਸ਼ਾਇਦ ਉਹ ਲੈਣ ਆ ਗਏ, ਉਹ ਲੈਣ ਆ ਗਏ। ਅੱਛਾ। ਜਾਣੀ ਇੰਨੀ ਡਗਾ ਜਵਾ ਕੇ ਤਿੰਨ ਬਾਹਰ ਨੇ ਆਪਣੇ, ਤਿੰਨਾਂ ਦੇ ਮੂਹਰੇ ਕੈਮਰੇ ਪਏ ਨੇ। ਜੇ ਇੱਕ ਕੈਮਰਾ 5 ਮਿੰਟ ਵੀ ਬੰਦ ਹੋ ਜਾਂਦਾ, ਜਵਾਕ ਫੋਨ ਕਰਦਾ ਡੈਡੀ ਆ ਫੋਨ ਕੈਮਰਾ ਨਹੀਂ ਚੱਲਦਾ। ਉੱਧਰ ਲੱਕੀ ਦਾ ਜਦੋਂ ਮਾਤਾ ਦੀ ਇੱਕ ਪਿਕਚਰ ਨਹੀਂ ਆਈ ਸੀ, ਉਹ ਹੁਣ ਉਹ ਅਜੇ ਦੇਵਗਨ ਦੀ ਉਹ ਸੋਨਾ ਲੱਭਦੇ ਸੀਗੇ, ਕਿਹੜੀ ਫਿਲਮ ਸੀ ਉਹ? ਮਾਤਾ ਨੇ ਦੱਸਤਾ ਸੀ ਵੀ ਆਹ ਕੌਲੇ ਨਵੇਂ ਬਣੇ ਆ, ਇਹਦੇ 'ਚ ਪਤਾ ਨਹੀਂ ਕੀ ਆ। ਉਹ ਕਿਤੇ ਮਾਤਾ ਨੇ ਭੇਜ ਦਿੱਤਾ ਵੀ ਅੱਜ ਕੈਮਰੇ ਬੰਦ ਆ ਫਿਰ ਕਢਾਵਾਂ ਮੈਂ? ਨਹੀਂ, ਕੈਮਰੇ ਦਾ ਅੱਛਾ, ਬਾਕੀ ਤਾਂ ਇਹ ਆ ਵੀ ਚਾਰੇ ਪਾਸੇ ਹੁਣ ਤਾਂ ਕੈਮਰੇ ਲੱਗਿਆ। ਚਲੋ ਨੌਬਤ ਆਉਂਦੀ ਨਹੀਂ, ਸ਼ੌਂਕ ਫਿਰ ਤੁਸੀਂ ਘਰੇ ਰੱਖ ਲਿਆ? ਵੱਧਦੇ 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 ਵੱਧਦਾ ਵੱਧਦਾ ਗਿਆ, ਘਟਿਆ ਨਹੀਂ। ਅੱਛਾ ਜੀ। ਹਾਂ, ਪਲੱਸ ਟੂ ਵੀ ਕਰ ਲਈ, ਇਹਦੀ ਖਾਤਰ ਮੈਂ ਬਹੁਤ ਕੁਛ ਛੱਡਿਆ, ਕਬੂਤਰਾਂ ਖਾਤਰ। ਹਾਂ, ਚੰਡੀਗੜ੍ਹ ਪਲੱਸ ਮੈਟ੍ਰਿਕ ਕਰਕੇ ਚੰਡੀਗੜ੍ਹ 3 ਦਿਨ ਭਰਤੀ ਗਿਆ ਹੁਣ ਉੱਥੇ ਪਲੱਸ, ਉਹਦੀ ਸਿਫਾਰਸੀ KPS ਗਿੱਲ ਦੀ, ਕਿਉਂਕਿ ਉਹਨਾਂ ਦੇ ਪਿੰਡ ਹੀਰਾ ਗਿੱਲਾਂ ਤੋਂ ਹੀ ਆ ਉਹ ਵੀ, ਆਪਣੇ ਨਾਨਕੇ ਵੀ ਗਿੱਲਾਂ। ਅੱਛਾ। 3 ਦਿਨ ਰਹਿ ਕੇ ਜਾਂ ਮੇਰਾ ਨੰਬਰ ਆਉਣ ਵਾਲਾ ਸੀ, ਮੈਂ ਬੱਸ ਚੜਿਆ ਕਬੂਤਰਾਂ। ਮਾਮੇ ਨੂੰ ਵੀ ਨਹੀਂ, ਤਾਂ ਮੈਨੂੰ ਆਏ ਸੀ ਸਾਲਾ ਚੰਡੀਗੜ੍ਹ ਰਹਿਣਾ ਪਊ। ਅੱਛਾ। ਉਹ CP ਸੀ ਚੰਡੀਗੜ੍ਹ ਪੁਲਿਸ ਸੀ, ਪਟਿਆਲੇ ਪੁਲਿਸ ਛੱਡੀ। ਅੱਛਾ। ਸਰਵੇਅਰ ਦਾ ਕੋਰਸ ਕਰਦਾ ਸੀ ITS, ਹਾਂਜੀ, ਉਹ ਛੱਡਿਆ। ਹਾਂਜੀ, ਠੀਕ ਹੈ, ਅਮੈਰੀਕਾ ਛੱਡੀ ਕਬੂਤਰਾਂ ਖਾਤਰ। ਉਹ ਕਬੂਤਰਾਂ ਕਰਕੇ ਆਇਆ ਹੁਣ ਉੱਥੇ ਕੀ ਬਾਈ? ਬਹੁਤਾ ਵੱਡਾ ਜਨੂੰਨ ਸੀ, ਜਨੂੰਨ ਹੀ ਸੀ, ਤਾਂ ਹੀ ਛੱਡਿਆ, ਸ਼ੌਕ ਕਰਕੇ ਛੱਡਿਆ ਸਾਰਾ ਕੁਛ। ਹੋਰ ਉੱਥੇ ਕੀ ਮੈਨੂੰ ਦੰਦੀਆਂ ਮਿਲੇ? ਮੇਰੇ ਵਰਗਾ ਤਾਂ ਜਿਹੋ ਜਿਹਾ ਮੇਰਾ ਕੰਮ ਸੀ, ਜਿੰਨੇ ਜਾਂ ਮੈਨੂੰ ਉੱਥੇ ਜਾਣਨ ਵਾਲੇ ਨੇ, ਲੱਗਦਾ ਸੀ ਗਰੇਵਾਲ ਤੇਰੇ ਵਰਗਾ ਤਾਂ ਕੰਮ ਨਹੀਂ, ਬਹਿ ਕੇ ਆਉਣਾ ਮੁੜ ਜਾਣਾ, ਟੈਕਸੀਆਂ ਵਾਲੇ ਚਾਹ ਪੀ ਜਾਂਦੇ ਨੇ।
ਨਹੀਂ ਬਾਈ ਜੀ ਪੈਂਕੇ ਹੋਣੀ ਵੀ ਪੁਰਾਣੇ ਲੰਬੜਦਾਰ ਹੋਣੀ ਦੋਸਤ ਆ ਨਹੀਂ ਇਹ 99 ਤੋਂ ਬਾਅਦ ਬਣੇ ਇਹ ਤਾਂ ਹੁਣ ਵੀ ਕਰਦੇ ਕਹਿੰਦੇ ਵੀ ਕੀ ਉੱਤੇ ਆਪ ਕੀ ਦੇਖਣਾ ਬਾਈ ਕਿੱਥੇ ਇਹ ਮੈਂ ਬਾਹਰ ਤੋਂ ਬਾਅਦ ਆਉਣਾ ਇਹਨਾਂ ਨਾਲ ਮੇਰੀ ਬਾਹਰ ਤੋਂ ਬਾਅਦ ਪ੍ਰੋਗਰਾਮ ਚੱਲਿਆ ਸ਼ੌਂਕ ਵੱਧਦਾ ਗਿਆ ਵੱਧਦਾ ਗਿਆ ਫਿਰ ਬਾਜੀਆਂ ਤੇ ਉਹ ਕਿਵੇਂ ਬਾਜੀਆਂ ਤੇ ਜਿਵੇਂ ਪਹਿਲਾਂ ਵੀ ਜਾਂਦੇ ਸੀ ਅਸੀਂ ਉਦੋਂ ਬਾਜੀਆਂ ਥੋੜੀਆਂ ਹੁੰਦੀਆਂ ਸੀ ਜਿਵੇਂ ਥੋੜੇ ਹੀ ਪਿੰਡ ਕਿਉਂਕਿ ਹੁਣ ਅੱਗੇ ਅੰਗੂ ਰਮੀਆਂ ਜਾਂਦੇ ਹਾਂ ਅਸੀਂ ਬਾਈ ਰਜਿੰਦਰ ਕਾਮਰੇਡ ਜੋ ਦਿਸ਼ੇ ਦਾ ਡੈਡੀ ਸੀ ਨਾ ਅੱਛਾ ਜੀ ਉਹਦੇ ਨਾਲ ਸ਼ਿਕਾਰ ਵੀ ਬਹੁਤ ਖੇਡਿਆ ਹਾਂਜੀ ਅਤੇ ਕਬੂਤਰਾਂ ਦੀਆਂ ਬਾਜੀਆਂ 'ਤੇ ਵੀ ਗਏ ਚੰਗੇ ਚੰਗੇ ਖਿਡਾਰੀਆਂ ਨੂੰ ਉਦੋਂ ਵੀ ਮਿਲੇ ਜਿਹੜੇ ਅੱਜ ਮਸ਼ਹੂਰ ਨੇ ਫੌਜੀ ਵਰਗੇ ਅਰਜਨ ਲਤਾਲੇ ਵਰਗੇ ਜਾਂ ਜਥੇਦਾਰ ਹੋ ਗਿਆ ਲੱਛੂ ਹੋ ਗਿਆ ਹਾਂਜੀ ਸਾਰਿਆਂ ਨਾਲ ਆਪਾਂ ਪਰਸਨਲੀ ਮਿਲੇ ਹਾਂ ਉਹ ਪਹਿਲਾਂ ਹੀ ਉਹ ਕਿਹੜੇ ਸਾਲ ਦੀ ਗੱਲ ਹੋਵੇ ਜੀ ਉਹ ਮਤਲਬ ਲਾ ਲਓ 80-85 ਦੇ ਨੇੜੇ ਤੇੜੇ ਉਦੋਂ ਕਿਹੜੇ ਜਿਵੇਂ ਲੱਛੂ ਦਾ ਬਹੁਤ ਵੱਡਾ ਨਾਂ ਜੁੱਪੇ ਹੋਣੀ ਦੋਲੋ ਫੌਜੀ ਦਾ ਸੀ ਗੋਧੂਣੀ ਸੀ ਇਹ ਬਟਾਰੀ ਵਾਲੇ ਉਦੋਂ ਇੰਨਾ ਕੁ ਏਰੀਆ ਹੀ ਸੀ ਸਾਡਾ 130 ਰੁਪਏ 'ਚ ਅਸੀਂ ਛਪਾਰ ਰਸ਼ੀਨ ਲਤਾਲਾ ਸਰਾਭਾ ਘਗਰਾਣਾ ਇੱਥੇ ਕੀ ਬਾਜੀਆਂ ਛੁੱਟਦੀਆਂ ਸੀ ਜਿਹੜੀ ਵਿਸਾਖੀ ਵੇਲੇ ਤੱਕ ਹੀ ਮੰਨ ਲਓ ਇੱਕ ਬਲਾਕ ਵਾਲੀ ਗੱਲ ਸੀ ਹਾਂ ਜ਼ਿਲ੍ਹਾ 'ਚ ਉਦੋਂ ਬਾਹਰ ਨਹੀਂ ਗਿਆ ਜੇ ਮੈਂ ਕਹਾਂ ਛੱਡੀਆਂ ਇੱਥੇ ਜਿੱਤੀਆਂ ਵੀ ਉਦੋਂ ਵੀ ਜਿੱਤੀਆਂ 130 ਰੁਪਏ ਦਾ ਮੁੱਢ ਹੁੰਦਾ ਸੀ ਮੈਂ ਤੇ ਢਿੱਲੂ ਦੋ ਹੀ ਸਾਈਕਲਾਂ 'ਤੇ ਜਾਂਦੇ ਰਹੇ ਜੇ ਲੋੜ ਪੈਂਦੀ ਬੜਾ ਭਾਈ ਬੈਠਾ 1978 ਤੋਂ ਬਾਅਦ ਤਾਂ ਫਿਰ ਇਹੀ ਕਨੈਕਟਰੀ ਕਰਨ ਲੱਗਿਆ ਜੋ ਪੈਸੇ ਦੀ ਮੈਨੂੰ ਲੋੜ ਪਈ ਬੜੇ ਭਾਈ ਤੋਂ ਲੈਂਦੇ ਰਹੇ ਆ 90-91 ਤੱਕ ਜਦ ਤੱਕ ਵੀ ਲੋੜ ਪਈ ਕੰਮ ਨਹੀਂ ਕਰਿਆ ਕੋਈ ਚੱਜ ਨਾਲ ਬਹੁਤ ਜਗ੍ਹਾ ਗਿਆ ਕਿਤੇ ਮੀਨਾ ਕਲਕੱਤੇ ਕਰਿਆ ਸਾਰਾ ਕੁਛ ਜ਼ਿੰਦਗੀ 'ਚ ਮੈਂ ਦੱਸਿਆ ਸੀ ਲੋਕਾਂ ਨੂੰ ਮੈਂ ਖਲਾਸੀ ਪੁਣੇ ਤੋਂ ਲੈ ਕੇ ਟੈਂਪੂ ਦੀ ਡਰਾਈਵਰੀ ਤੋਂ ਲੈ ਕੇ ਟਰੱਕ 'ਤੇ ਟੈਂਕਰ 'ਤੇ ਕਲਕੱਤੇ ਧੁਲੀਆ ਜਾਣ ਤੋਂ ਲੈ ਕੇ ਬਾਰਾਮੂਲਾ ਕਸ਼ਮੀਰ ਤੱਕ ਮੇਰਾ ਸਾਰਾ ਕੁਝ ਦੇਖਿਆ ਤੁਰ ਕੇ ਅਮੈਰੀਕਾ ਜਾਏ ਆ ਕਿਵੇਂ ਜੀ ਤੁਰ ਕੇ ਹੀ ਚਲੇ ਗਏ ਅੱਧ ਤੱਕ ਤਾਂ ਪਨਾਮਾ ਤੋਂ ਗਾਂ ਤੁਰ ਕੇ ਹੀ ਗਏ ਅਸੀਂ ਅਮੈਰੀਕਾ ਉਹ 1992 'ਚ ਦੋ ਨੰਬਰ 'ਚ ਗਏ ਸੀ ਦੋ ਨੰਬਰ 'ਚ ਗਏ ਸੀ ਹਾਂ ਉਹ ਜਿਵੇਂ ਬਹੁਤ ਜ਼ਿੰਦਗੀ ਦੇਖੀ ਹੈ ਜਾਣੀ ਤੈਨੂੰ ਤੁਰ ਕੇ ਹੀ ਫਿਰ ਅਮਰੀਕਾ ਲੰਘੇ 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 ਲੋਕ ਇੱਥੇ ਪਟਿਆਲੇ ਤੋਂ ਜਾਣ ਨੂੰ ਕਹਿੰਦਾ ਵੀ ਬਹੁਤ ਔਖਾ ਵਾ ਤੁਰ ਕੇ ਜੀ ਲੰਘੇ ਜਾਂ ਮੈਂ ਜਿੱਦੇ ਮੈਂ ਟੈਕਸਸ ਇੰਟਰ ਹੋਇਆ ਮੇਰੇ ਇੱਕ ਪੈਰ 'ਚ ਜੁੱਤੀ ਨਹੀਂ ਸੀ ਅੱਛਾ ਜੀ ਇੱਕੋ ਹੀ ਪੈਂਟ ਕਮੀਜ਼ ਸਾਡੇ ਪਾਈ ਹੋਈ ਸੀ ਇੱਕੋ ਹੀ ਇੱਕੋ ਹੀ ਫਿਰ ਬਾਜੀਆਂ ਤੇ ਸਾਈਕਲਾਂ ਤੇ ਜਾਣ ਲੱਗੇ ਜਾਂ ਸਾਈਕਲਾਂ ਤੇ ਕਿਤੇ ਬਾਜੀ ਤੇ ਲੇਟ ਹੋ ਗਏ ਹਮੋ ਨਹੀਂ ਲੇਟ ਕਹਿੰਦਾ ਹੋਈ ਬਸੀ ਇਧਰ ਨੂੰ ਸਿੱਧੀ ਕਰ ਦੇ ਨਹੀਂ 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 ਲੇਟ ਨਹੀਂ ਇਹ ਤਾਂ ਕਨੈਕਟਰੀ ਕਰਦਾ ਸੀ ਅਸੀਂ ਸਾਈਕਲਾਂ ਤੇ ਜਾਂਦੇ 4 ਵਜੇ ਅਗਲੇ ਦੇ ਪਿੰਡ ਪਹੁੰਚ ਜਾਂਦੇ ਉਦੋਂ ਸਵੇਰੇ 4 ਵਜੇ ਹਾਂ 4-4:30 ਲੇਟ ਲੂਟ ਨਹੀਂ ਸੀ ਉਦੋਂ ਹੁੰਦੇ ਸਾਈਕਲਾਂ ਤੇ ਵੀ ਹੁਣ ਤਾਂ ਅਗਲਾ ਕਹਿੰਦਾ ਜਿੰਨਾ ਨੇੜੇ ਬਾਜੀ ਛੱਡਣੀ ਆ ਜਿਵੇਂ ਸਵੇਰੇ ਹੀ ਛੱਡਣੀ ਆਪਾਂ ਇੱਕ ਦੋ